जी उस्ताद मोहतरम किहड़े कबूतरां तों असीं स्टार्ट करन लगे आ? एक कबूतर बेसिकली मियाँ साहब के घर के कबूतर ने उन्हां चों ही बने ने अगों, क्योंकि जिहड़े मेन वड्डे इन्हां दे मां प्यो सी उह ते मर गए ने मेरे को। उन्हां दे पट्ठियां पट्ठे ए उह कबूतर ने जिहड़े बच्चे कट के मैं अगों जोड़े बनाए ने। सलेटा? हाँ जी, ए वी मियाँ साहब दे कबूतर, ए वी मियाँ साहब दे कबूतरों चों है। ए उन्हां चों गोल्डना चों निकले? ए गोल्डना चों निकले। ठीक ठीक ठीक, लो जी दोस्तों शॉक करो उधर स्लेटा कबूतर, और बड़ी अच्छी फिजीक दे विच हैगा, पूरा निगर जिन्हों कहंदे ने गुन्निया है वो इनकी फिजीक हैगी, और साइजेस भी साजी ठीक है। हाँ जी, ये दरमियाने साइज दे कबूतर मेरे को सारे छोटे छोटे बिल्कुल भी नहीं, बड़े बिल्कुल भी नहीं, स्लेटा बहुत अच्छे साइजेस दे विच हैगे दरमियाने। ਅੱਖ ਦੇ ਜਰੇ ਜੁਦੇ ਵੀ ਨਾ ਨਾ ਪਲਕ ਵੀ ਇਹਦੀ ਸੰਧੂਰੀ ਹੈਗੀ। ਹਾਂਜੀ ਹੈਨਾ, ਹਾਂਜੀ ਅੱਗੋਂ ਬੱਚਿਆਂ 'ਚ ਵੀ ਆਉਂਦੀ, ਬੱਚਿਆਂ 'ਚ ਵੀ ਆਉਂਦੀ ਸੰਧੂਰੀ ਪਲਕਾਂ ਵਾਲੇ। ਇਹਦੇ ਜਿਤਨੇ ਬੱਚੇ ਮੇਰੇ ਕੋਲ ਨਿਕਲੇ ਨੇ, ਜਿਹੜਾ ਬੱਚਾ ਦੇਖੋ ਕੋਈ ਬਾਅਦ ਦਫ਼ਾ ਕੰਮ ਬਹੁਤ ਕੰਮ ਜ਼ਾਇਆ ਹੋਏ ਨੇ ਇਹਦੇ ਬੱਚੇ ਬਹੁਤ, ਹਾਂਜੀ ਬਹੁਤ ਕੰਮ ਜ਼ਾਇਆ ਹੁੰਦੇ ਨੇ, ਅਤੇ ਜਿਤਨੇ ਵੀ ਬੱਚੇ ਮੇਰੇ ਖੁੱਡੇ 'ਚ ਹੁੰਦੇ ਸਭ ਨੇ ਮੋਰ ਖਾਧੀ, ਉਹ ਬਾਜ਼ੀਆਂ 'ਚ ਉੱਡੇ ਨੇ। ਬਾਅਦ ਦਫ਼ਾ ਇਹਦੇ ਇੱਕ ਤਵਾਰ 'ਚ ਮੇਰੇ ਕੋਲ ਪੰਜ ਬੱਚਿਆਂ ਨੇ ਮੋਰ ਖਾਧੀ, ਇਹਦੇ ਬੱਚੇ ਇਹਦੇ ਪੰਜ ਬੱਚਿਆਂ ਨੇ ਇੱਕ ਹੀ ਤਵਾਰ 'ਚ। ਬੜੀ ਗੱਲ ਹੈਗੀ ਉਸਤਾਦ ਜੀ, ਬੱਚਿਆਂ ਦੇ ਬੱਚੇ ਨੇ ਤੀਸਰੀ ਚੌਥੀ ਜਗ੍ਹਾ ਤੇ ਮੇਰੇ ਕੋਲ ਬੱਚਿਆਂ ਦੇ ਬੱਚੇ ਕੰਮ ਕਰ ਰਹੇ ਨੇ। ਬਹੁਤ ਅੱਛੀ, ਬੜੀ ਗਹਿਰੀ ਬਗਲ ਵਾਲੀ ਮਾਦੀ, ਉਹ ਬੇਟਾ ਉਹ ਸਿਗਰਟਸ ਉੱਤੇ ਬੈਗ ਮੱਚਾ ਦਿਆ ਦੇਖੀ ਸਾਹਿਬ ਜੀ। ਇਹ ਕੁੰਦਿਆਂ ਦੀ ਜਿਹੜੀ ਤਰਤੀਬ ਹੈ ਪਰਾਂ ਦੀ, ਹਾਂਜੀ, ਇਹਦਾ ਕੀ ਪ੍ਰੋਟੋਕੋਲ ਹੈਗਾ ਕਬੂਤਰਬਾਜ਼ੀ ਦੇ ਵਿੱਚ, ਜਿਹੜੇ ਆਖਰੀ ਤਿੰਨ ਪਰ ਆ ਬਗਲਾਂ ਦੇ ਜਾਂ ਵਿੱਚ ਵਾਲੇ ਜਿਹੜੇ ਆਖਰੀ ਬਗਲਾਂ ਦੇ ਅਤੇ ਆਖਰੀ ਤਿੰਨ ਪਰਾਂ ਸਿਰ 'ਤੇ ਕਬੂਤਰ ਉੱਡਦਾ ਹੈਗਾ? ਅੱਛਾ, ਇਹਦੀ ਤਰਤੀਬ ਦਾ ਕੀ ਚੱਕਰ ਹੈਗਾ? ਤਾਂ ਨਿਆਰੀ ਤਾਂ ਨਹੀਂ ਮੈਨੂੰ ਪਤਾ ਹੈਗਾ, ਕਦੀ ਗੌਰ ਵੀ ਨਹੀਂ ਕੀਤਾ? ਨਹੀਂ, ਮੈਂ ਕਦੀ ਗੌਰ ਨਹੀਂ ਕੀਤਾ, ਮੇਰੇ ਕੋਲ ਉੱਡਦੇ ਯਾਰ ਮੈਨੂੰ ਇੰਨਾ ਪਤਾ ਹੈ, ਜਿਹੜਾ ਬੱਚਾ ਨਿਕਲਦਾ ਉੱਡਦਾ ਹੈਗਾ, ਭਾਵੇਂ ਜਿਸ ਮਰਜ਼ੀ ਮਾਦੀ ਨਾਲ ਲਾ ਦੀ ਅਸੀਂ। ਕੋਸ਼ਿਸ਼ ਇਹ ਕਰੀ ਦੇ ਕਿ ਇਹਦੇ ਵਜੂਦ ਦੇਖ ਕੇ ਨਾ, ਵਜੂਦ ਕੁਝ ਹੁਣ ਫਿਰ ਜੋੜੇ ਲਾਓ, ਇਹ ਉਹਨਾਂ ਦਾ ਉਹਦਾ ਬੱਚਾ ਹੈਗਾ, ਪਹਿਲੇ ਤਾਂ ਗਿਰਦਾ ਹੈਗਾ, ਇਹ ਨਹੀਂ ਹੁੰਦਾ ਸਭ ਤੋਂ ਛੋਟਾ ਬੇਟਾ ਹੈਗਾ ਗੱਲ ਬੋਲ, ਬਾਕੀ ਸਾਰੇ ਕੁਛ ਪੁੱਟੇ ਹੋਏ ਨੇ ਵੱਡੇ ਜਿਹੜੇ ਨੇ, ਇਹ ਪਹਿਲੇ ਧਾਗੇ ਦਾ ਗੱਲ ਹੈ। ਅੱਛਾ, ਇਹ ਤਾਂ ਬਿਲਕੁਲ ਹੀ ਡਿਫਰੈਂਟ ਨਿਕਲਿਆ। ਹਾਂਜੀ, ਇਹ ਗੂੜੇ ਵੀ ਨਿਕਲਦੇ ਹੈਗੇ ਨੇ, ਇਹ ਗੂੜੇ ਵੀ ਨਿਕਲਦੇ ਨੇ, ਫਿੱਕੇ ਵੀ ਨਿਕਲਦੇ ਹੈਗੇ ਨੇ, ਬਿਲਕੁਲ ਬਿਲਕੁਲ ਫਿੱਕੇ ਵੀ ਨਿਕਲਦੇ ਹੈਗੇ ਨੇ। ਅੱਛਾ, ਇਹਦਾ ਕਲਰ ਕੰਬੀਨੇਸ਼ਨ ਵੀ ਡਿਫਰੈਂਟ ਹੈਗਾ? ਹਾਂਜੀ, ਦੇਖ ਅੱਖ ਨੇ ਸਭ ਦੀ ਇੱਕੋ ਹੀ ਆਏਗੀ, ਅੱਖ ਤਾਂ ਪਰ ਉਹੀ ਹੈ, ਕਲਰ 'ਚ ਹੋ ਜਾਂਦਾ ਹੈ, ਲੇਕਿਨ ਅੱਖ ਜਿਹੜੇ ਉਹ ਕਿਸੇ ਸ਼ਾਇਦ ਹੀ ਕਿਸੇ ਨਹੀਂ, ਬਾਅਦ ਬਚਪਨ 'ਚ ਕਿਸੇ ਦੀ ਅੱਖ ਖਰਾਬ ਹੋ ਜਾਵੇ ਉਦੋਂ ਫਿਰ ਚੇਂਜ ਹੋ ਜਾਂਦੀ। ਉੱਡਿਆ ਵੀ ਬੱਚਾ ਫਿਰ? ਇਹ ਬੱਚਾ ਹੈਗਾ, ਪਹਿਲੇ ਤਾਂ ਹੈਗਾ ਹਾਲੇ। ਨਹੀਂ ਨਹੀਂ, ਮੈਂ ਉੱਡਿਆ ਕਹਿ ਰਿਹਾ, ਉੱਡਿਆ ਇਹ ਉੱਡਿਆ ਹੈਗਾ, ਅੱਛਾ ਉੱਡਿਆ ਮੇਰੇ ਕੋਲ। ਕਿਆ ਬਾਤ, ਬੜੇ ਅੱਛੇ ਵਜੂਦਾਂ ਦੇ ਵਿੱਚ ਹੈਗੇ, ਕੱਟੇ ਕੱਟੇ ਰਹਿਣ ਦੋ, ਜੋੜੇ ਹੀ ਲਿਆਓ। ਨਸਲ ਜਿਹੜੀ ਇਹੀ ਚੱਲ ਬਣਾਈ ਹੋਈ, ਇਹੀ ਚੱਲਦੀ ਆ ਰਹੀ। ਅੱਛਾ, ਮੀਆਂ ਸਾਹਿਬ ਵਾਲੇ ਵੈਸੇ ਕਬੂਤਰ ਮੈਂ ਸੰਧੂਰੀ ਪਲਕਾਂ 'ਚ ਨਹੀਂ ਵੇਖੇ,
ਨਹੀਂ ਕ੍ਰਾਸ ਬਣਾਇਆ ਨਾ ਚੋ ਅੱਛਾ ਕ੍ਰਾਸ ਕ੍ਰਾਸ ਹੈਗਾ ਨਾ ਚੋ ਇਹਨਾਂ ਚੋ ਕ੍ਰਾਸ ਪਾਇਆ ਸੀ ਇਹਨਾਂ ਚੋ ਸੰਧੂਰੀ ਪਲਕਾਂ ਲਾ ਕੇ ਕ੍ਰਾਸ ਪਾਇਆ ਕ੍ਰਾਸ ਪਾਇਆ ਇਹਨਾਂ ਚੋ ਅੱਖਾਂ ਵੀ ਜ਼ਿਆਦਾ ਡਾਰਕ ਹੋ ਗਈ ਹਾਂਜੀ ਪੰਜੇ ਵੀ ਦਿਖਾਓ ਇਹਨਾਂ ਦੇ ਇੱਕ ਮਿੰਟ ਸਾਹਿਬ ਜੀ ਪਾਰੀ ਵੀ ਦਿਖਾਓ ਪੰਜੇ ਵੀ ਦਿਖਾਓ ਦੁੰਬਾ ਵੀ ਦਿਖਾਓ ਲੰਡਾ ਪਕੜਨੀ ਜੀ ਸਹੀ ਮਜ਼ਬੂਤੀ ਕਿੱਥੋਂ ਅਸੀਂ ਪਰਖਦੇ ਹਾਂ ਮਜ਼ਬੂਤੀ ਹੱਡੀ ਜੋੜ ਦੀ ਮਜ਼ਬੂਤੀ ਹੁੰਦੀ ਵਜੂਦ ਦੀ ਮਜ਼ਬੂਤੀ ਹੁੰਦੀ ਵਜੂਦ ਪੂਰਾ ਹੈਗਾ ਪਰ ਦੇ ਹਿਸਾਬ ਨਾਲ ਵਜੂਦ ਪੂਰਾ ਹੈਗਾ ਤੇ ਪਰ ਤੇ ਵਜੂਦ ਇੱਕੋ ਜਿਹੇ ਹੋਣ ਤਾਂ ਉਹੀ ਮਜ਼ਬੂਤੀ ਹੈ ਪਰ ਤੇ ਵਜੂਦ ਇੱਕੋ ਜਿਹੇ ਹਾਂਜੀ ਇੱਕੋ ਜਿਹੇ ਹੋਣ ਇਹ ਨਾ ਹੋ ਪਰ ਜ਼ਿਆਦਾ ਲੰਬੇ ਹੋਣ ਵਜੂਦ ਛੋਟਾ ਹੋਵੇ ਨਹੀਂ ਜਾਂ ਵਜੂਦ ਜ਼ਿਆਦਾ ਵੱਡਾ ਹੋਵੇ ਪਰ ਛੋਟੇ ਹੋਣ ਨਹੀਂ ਵਜੂਦ ਤੇ ਪਰ ਇੱਕੋ ਜਿਹਾ ਹੋਵੇ ਇੱਕੋ ਜਿਹੇ ਹੋਣ ਹਾਂਜੀ ਇਹ ਕਿਹੜਾ ਆ ਇਹ ਵੀ ਮੀਆਂ ਸਾਹਿਬ ਵਾਲੇ ਪੁੱਤਰਾਂ ਚੋਂ ਹੈ ਲਾਲ ਪਰੀਆਂ ਚੋਂ ਟੈਣੀਆਂ ਚੋਂ ਨਹੀਂ ਇਹ ਟੈੜੀਆਂ ਚੋਂ ਹੈ ਸਹੀ ਲਾਲ ਪਰੇ ਚਲੀ ਗਿਆ ਅਚੇ ਮੈਂ ਸਭ ਵੱਲੋਂ ਆਇਆ ਜੀ ਮਹਿਸੂਸ ਵੀ ਹੋ ਰਿਹਾ ਸੀ ਜਿਵੇਂ ਇਹ ਮੇਰੇ ਕੋਲ ਜੀ ਬੱਚੇ ਆਏ ਸੀ ਚੇਅਰਮੈਨ ਸਾਹਿਬ ਵੱਲੋਂ ਉਹ ਬੱਚਿਆਂ ਜੇ ਮੇਰੇ ਕੋਲ ਵਾਇਰਸ ਪੈ ਗਿਆ ਉਧਰੋਂ ਆਏ ਸੀ ਉਹ ਫਿਰ ਮੈਂ ਨਹੀਂ ਉਡਾਏ ਉਹ ਫਿਰ ਮੈਂ ਰੋਕ ਲਿਆ ਸੀ ਇਹ ਉਦੋਂ ਤੁਰਦੇ ਆ ਰਹੇ 14-15 ਸਾਲ ਦੇ ਮੇਰੇ ਕੋਲ ਆ ਰਹੇ ਨੇ ਉਦੋਂ ਚੇਅਰਮੈਨ ਸਾਹਿਬ ਨੇ ਆਪਣੇ ਘਰ ਜੋ ਨਵੀਂ ਨਵੀਂ ਛੱਤ ਤਿਆਰ ਕੀਤੀ ਉਦੋਂ ਬੱਚੇ ਆਏ ਸੀ ਇਹ ਉਹਨਾਂ ਚੋਂ ਫਿਰ ਅੱਗੇ ਚਲੇ ਆ ਰਹੇ ਨੇ ਮੇਰੇ ਕੋਲ ਪਰਾਂ ਦੀ ਅਟੈਚਮੈਂਟ ਤਰਤੀਬ ਚੈੱਕ ਕਰੋ ਕਿੱਡੀ ਮਸਤ ਆ ਰਹੀ ਗੰਢ ਵੇਖੋ ਨਿੱਕੀ ਹੈਗੀ ਕਬੂਤਰ ਦੀ ਗੰਢ ਦਾ ਵੀ ਬੜਾ ਕਿਰਦਾਰ ਹੈ ਹਾਂਜੀ ਫੰਕਸ਼ਨਲ ਕਬੂਤਰ ਹੈਗਾ ਇਹ ਮਾਦੀ ਲਾਈ ਜਾਂਦੇ ਹਾਂਜੀ ਇਹ ਮਾਦੀ ਲਾਈ ਜਾਂਦੀ ਇਹ ਵੀ ਇਹਨਾਂ ਕਬੂਤਰਾਂ 'ਚ ਹੀ ਹਾਂਜੀ ਇਹਨਾਂ 'ਚੋਂ ਨਿਕਲੀ ਪੱਠੀ ਇਹਨਾਂ 'ਚੋਂ ਨਿਕਲਦੀ ਗਈ ਸਹੀ ਕੁਛ ਕਬੂਤਰ ਪੱਠੀਆਂ ਹੀ ਜੋੜੇ ਕੱਢੀ ਜਾਂਦੇ ਨੇ ਕੁਛ ਪੱਠੇ ਹੀ ਕੱਢੀ ਜਾਂਦੇ ਨੇ ਕੀ ਤਰੀਕਾ ਹੈ ਤੇ ਅੱਲਾ ਦੀ ਮਰਜ਼ੀ ਕਿਸੇ ਦੇ ਧੀਆਂ ਧੀਆਂ ਕਿਸੇ ਪੁੱਤਰ ਹੀ ਪੁੱਤਰ ਹੁੰਦੇ ਨੇ ਰੱਬ ਦੇ ਕੰਮ ਨੇ ਇਹ ਅੱਲਾ ਤਾਲਾ ਵੈਸੇ ਇਹਨਾਂ ਦੀ ਕੋਈ ਪਰਖ ਪਛਾਣ ਹੈਗੀ ਕਬੂਤਰਾਂ ਦੀ ਜਾਂ ਮਾਦੀ ਦੀ ਕਿ ਨਾਰੀ ਨਾਰ ਕੱਢਣ ਤੇ ਮਾਦੀ ਮਾਦੀ ਨਹੀਂ ਮੇਰੇ ਕੋਲ ਇਹ ਰੱਬ ਦੇ ਕੰਮ ਨੇ ਰੱਬ ਦੇ ਕੰਮ ਹਾਂ ਲੋਏ ਦੋਸਤ ਚੱਕ ਥੱਕ ਜਾਂਦੇ ਤੁਸੀਂ ਵਾ ਇਨਸਾਨ ਟੜੀ ਪੱਠੀ ਪਕੜ ਸੋ ਬੜੀ ਮੁਲਾਇਮ ਕਬੂਤਰੀ ਹੈਗੀ ਹਾਂਜੀ ਚਿੱਟੀ ਪਕੜ ਚਿੱਟੀ ਚਿੱਟੀ ਮਾਸ਼ਾ ਕਿਆ ਬਾਤ ਬਹੁਤ ਅੱਛੀ ਮਾਦੀ ਹੈਗੀ ਵਾਹ ਪਰ ਦੋਨਾਂ ਦੇ ਮਿਲਦੇ ਜੁਲਦੇ ਸਰ ਜੀ ਪਰਾਂ ਦਾ ਕ੍ਰਾਸ ਕਰੂਸ ਮਾਰਦੇ ਹੋ ਹਾਂ ਜਾਂ ਜਿਹੜਾ ਅੱਛਾ ਹੀ ਉੱਡ ਗਿਆ ਉਹੀ ਤੁਸੀਂ ਹਾਂਜੀ ਪਰਾਂ ਦਾ ਕ੍ਰਾਸ ਮਾਰੀ ਦੇ ਪਰਾਂ ਦਾ ਕ੍ਰਾਸ ਹੀ ਮਾਰੀ ਦੇ ਗੋਲ ਨਾਲ ਤਿੱਖਾ ਲਾਤਾ ਤਿੱਖੇ ਨਾਲ ਗੋਲ ਲਾਤਾ ਤੇਜ਼ ਹੋ ਜਾਂਦੀ ਬਿਲਕੁਲ ਹੋ ਜਾਂਦੀ ਮੇਨ ਜਿਹੜੇ ਬੁਨਿਆਦੀ ਪੁਆਇੰਟ ਹੈ ਪਰਾਂ ਦੇ ਵਿੱਚ ਉਹ ਕੀ ਰੱਖਦੇ ਹੋ ਬੁਨਿਆਦੀ ਪਰ ਤਾਂ ਇਹੋ ਹੀ ਹੈਗਾ ਪਰ ਜਿਹੜਾ ਪੂਰਾ ਹੋਵੇ ਦੁੰਬ ਦੇ ਬਰਾਬਰ ਹੋਵੇ ਬਾਹਰ ਦੇ ਤਿੰਨ ਪਰ ਜਿਹੜੇ ਕੁਛ ਕੁ ਬਰਾਬਰ ਹੋਣ ਜਿਸ ਜਾਨਵਰ ਦੇ ਬਾਹਰ ਦੇ ਤਿੰਨ ਪਰ ਬਰਾਬਰ ਹੋਣਗੇ ਕੋਈ ਕਮੀ ਨਹੀਂ ਆਏਗੀ ਚਾਹੇ ਕਿਸੇ ਵੀ ਰੰਗ 'ਚ ਹੋਵੇ ਇਹ ਉੱਡਿਆ ਲੱਗ ਰਿਹਾ ਇੱਕ ਪੁੱਤਰ ਉੱਡਿਆ ਸਾਡਾ ਇਹ ਉਹ ਸਲੇਟੇ ਦਾ ਪੁੱਤਰ ਇਹ ਵੀ ਉਹ ਸਲੇਟੇ ਦਾ ਪੁੱਤਰ ਹੈਗਾ ਅੱਛਾ ਹਾਂ ਇਹ ਬਚਪਨ ਤੋਂ ਮੋਹਰਾ ਖਾਂਦਾ ਆਇਆ ਮੇਰੇ ਕੋਲ ਅਤੇ ਇਹਦੀ ਫਿਰ ਕੰਨੀ ਖਰਾਬ ਇਹ ਕੰਨੀ ਰੋਕ ਲੈਂਦਾ ਹੈਗਾ ਇੱਕ ਪਰ ਰੋਕ ਲੈਂਦਾ ਹੈਗਾ ਇਹਦੇ ਪਰ ਖਰਾਬ ਹੋ ਗਏ ਇਹਦੇ ਫਿਰ ਅਸੀਂ ਇਹਨੂੰ ਜੋੜੇ ਪਾਤਾ ਇਹ 4 ਵਜੇ ਤੱਕ ਮੋਹਰ ਖਾ ਕੇ ਬੈਠਾ ਹੈ ਬੱਚਾ ਸੀ ਇਹਨੇ ਬਚਪਨ ਤੋਂ ਜਦੋਂ ਦੋ ਇੱਕ ਡੇਢ ਦੋ ਪਰ ਦਾ ਹੈਗਾ ਸੀ ਉਦੋਂ ਮੋਹਰ ਖਾਣੀ ਸ਼ੁਰੂ ਕੀਤੀ ਇਹਨੇ ਬੱਚਾ ਉੱਡਿਆ ਮੇਰੇ ਕੋਲ ਪੁੱਟ ਦੇ ਨਾ ਵੇ ਉਦੋਂ ਤੋਂ ਮੋਹਰਾ ਖਾਣਾ ਸ਼ੁਰੂ ਹੋਇਆ ਮੇਰੇ ਕੋਲ
ਬੜੇ ਅੱਛੇ ਚਿਹਰੇ ਮੋਰੇ ਦਾ ਕਬੂਤਰ ਹੈਗਾ ਔਰ ਬਚਪਨ ਤੋਂ ਹੀ ਉੱਡਦਾ ਹਾਂਜੀ ਕਹਾ ਮੁੱਖ ਮੁੱਖ ਖੋਲ ਰਹੀ ਪਕੜਾ ਕੇ ਬਸ ਖੋਲ ਰਹੀ ਇਹ ਪਕੜਨੇ ਦਾ ਅੰਦਾਜ਼ ਮਤਲਬ ਪੋਲਾ ਸੁ ਪਕੜ ਛੋੜ ਦੇ ਆ ਛੋੜ ਦੇ ਚਲੋ ਸ਼ੌਕ ਤੇ ਪਕੜ ਲੈ ਸ਼ੌਕ ਕਰਵਾ ਦੇ ਪਰ ਛੋੜ ਦੇ ਆ ਬਹੁਤ ਅੱਛੀ ਸ਼ਾਨਦਾਰ ਰੱਖ ਕੇ ਜਾਲੀਦਾਰ ਜ਼ਰੇਦਾਰ ਸਾਜੀ ਸਿਆਣਾ ਸੁਣਨ ਨੂੰ ਮੰਨਦੇ ਹੋ ਅੱਖ 'ਚ ਨਜ਼ਰ ਆ ਜਾਂਦੀ ਹੈ ਜਿਹਨੂੰ ਇਹ ਤਾਂ ਹੈ ਹੈਗੀ ਗੱਲ ਬਿਲਕੁਲ ਹੈ ਅੱਛਾ ਜੀ ਕਿਸ ਤਰ੍ਹਾਂ ਮਾਲੂਮ ਹੁੰਦੀ ਹੈ ਅੱਖ ਨੂੰ ਦੇਖ ਕੇ ਮੈਂ ਤੁਹਾਡੀ ਅੱਖਾਂ 'ਚ ਵੇਖ ਰਿਹਾ ਮੈਨੂੰ ਕਿਵੇਂ ਮਾਲੂਮ ਹੋਏਗੀ ਸਿਆਣੇ ਹੋ ਕਾਫੀ ਚੀਜ਼ਾਂ ਹੁੰਦੀਆਂ ਨੇ ਅੱਖ ਦੇ ਜ਼ਰੇ ਵੀ ਹੁੰਦੇ ਨੇ ਅੱਖ ਦੀ ਪੁਤਲੀ ਜਿਹੜੀ ਹੈਗੀ ਉਹ ਜਿੰਨੀ ਬਰੀਕ ਪੁਤਲੀ ਹੋਏਗੀ ਉਨੀ ਜ਼ਿਆਦਾ ਸਾਫ਼ ਹੋਏਗੀ ਵਾਹ 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 ਮਾਦੀ ਬੜੀ ਚੰਗੀ ਉਹਦਾ ਡੋਰਾ ਕੰਮ ਫੈਲੇਗਾ ਪੁਤਲੀ ਦਾ ਉਹਨੇ ਹੀ ਦਿੰਦਾ ਆਂਡਿਆਂ ਤੇ ਆਈ ਹੋਈ ਹੈ ਇਹ ਕਿਹੜੇ ਕਬੂਤਰਾਂ ਚੋਂ ਸਾਜੀ ਹੈਗੇ ਮੀਆਂ ਸਾਹਿਬ ਵਾਲੇ ਕਿਹੜੀ ਲੜਨਾ ਹੈ ਮੀਆਂ ਸਾਹਿਬ ਚ ਹੈ ਲੇਕਿਨ ਸਾਰਿਆਂ ਦਾ ਨਾਮ ਸਾਨੂੰ ਨਹੀਂ ਨਸਲਾਂ ਦਾ ਨਹੀਂ ਪਤਾ ਹੈਗਾ ਲੇਕਿਨ ਇਹ ਸਾਨੂੰ ਤੇ ਪਤਾ ਜਿਹੜਾ ਮੀਆਂ ਸਾਹਿਬ ਵਾਲੋ ਮੀਆਂ ਸਾਹਿਬ ਦਾ ਜਿਹੜਾ ਉਸਤਾਦ ਚੇਅਰਮੈਨ ਚੇਅਰਮੈਨ ਦਾ ਬਸ ਸਾਨੂੰ ਇੰਨਾ ਪਤਾ ਹੈਗਾ ਮਾਦੀ ਹੈ ਬਹੁਤ ਚੰਗਾ ਹਾਂ ਬੜੀ ਆਲੇਸ਼ਾਨ ਇਹਦਾ ਵੀ ਬੱਚਾ ਜ਼ਾਇਆ ਨਹੀਂ ਹੁੰਦਾ ਭਾਈ ਬੰਦੇ ਬਣਦੇ ਨੇ ਕੌਣ ਹੈ ਉਹ ਮਸਾਇਲ ਕੰਮ ਕਰ ਰਹੇ ਨੇ ਉੱਪਰ ਜਾ ਪੋਲੇ ਹੱਥ ਨਹੀਂ ਛੱਡ ਚਲਦੇ ਹੁੰਦੇ ਇਹ ਆਂਡਿਆਂ ਤੇ ਆਈ ਨੇ ਇਸ ਵਾਸਤੇ ਫੜੀ ਹੈ ਤੇ ਬੁਰਾ ਮਨਾਉਂਦੀ ਹੈਗੇ ਆਂਡੇ ਤੇ ਆਈ ਹੈ ਹਾਂਜੀ ਉਹਨੇ ਝੋਲੀ ਵੀ ਭਾਰੀ ਕੀਤੀ ਹਾਂ ਚੋ ਆਂਡਿਆਂ ਤੇ ਆਈ ਹੋਏ ਨਰ ਭਜਾਈ ਫਿਰਦਾ ਸੀ ਬੱਚੇ ਵੀ ਪਾਲ ਰਹੀ ਹੈ ਸਹੀ ਗੱਲ ਹੈ ਮੇਰੇ ਖਿਆਲ ਤੁਸੀਂ ਥੱਕ ਜਾਂਦੇ ਹੋ ਕਬੂਤਰ ਲਿਆਉਂਦੇ ਹੋ ਚਿੱਟੇ ਹੈ ਲਿਆਓ ਜ਼ਰਾ ਦੋ ਚਾਰ ਥੱਲੋਂ ਵੀ ਲਿਆਓ ਕੋਈ ਵਰਾਇਟੀਆਂ ਜਿਹੜੇ ਨੋਖੇ ਨੋਖੇ ਹੋ ਪਾਪਕੜ ਚਿੱਟੀ ਹੈ ਚਿੱਟੀ ਬੜੀ ਦੇਰ ਤੋਂ ਕਹਿ ਰਹੇ ਨੇ ਸਾਜ਼ ਹੋ ਰਹੀ ਤੁਸੀਂ ਫੜ ਨਹੀਂ ਰਹੇ ਯਾਰ ਉਹ ਸਾਡੀ ਫੇਵਰਿਟ ਹੈਗੀ ਉਹ ਕਿਸ ਵਜ੍ਹਾ ਤੋਂ ਫੇਵਰਿਟ ਹੈ ਉੱਡੀ ਬਹੁਤ ਮੇਰੇ ਕੋਲ ਇਹਨਾਂ 'ਚ ਨਿਕਲੀ ਗੋਲਡਨ ਉਹ ਕਰਮ ਵਾਲੀ ਐਡੀ ਲੱਕੀ ਹੈਗੀ ਮੇਰੇ ਵਾਸਤੇ ਕਿ ਜਦੋਂ ਉੱਤੇ ਹੁੰਦੀ ਸੀ ਨਾ ਉਹ ਮੈਂ ਜਿੱਤ ਜਿੱਤ ਵਾਰੀ ਬੈਠੀ ਉਹ ਹਾਰ ਕੇ ਨਹੀਂ ਬੈਠੀ ਹਾਰ ਕੇ ਇੱਕ ਟਾਈਮ ਐਸਾ ਸੀ ਕਿ ਦੋ ਮੇਰੇ ਘਰਾਂ ਵਾਲੇ ਦੋਸਤਾਂ ਨਾਲ ਬਾਜ਼ੀਆਂ ਲੱਗੀਆਂ ਸੀ ਉਹਨਾਂ ਤਿੰਨ ਕਬੂਤਰ ਬਰਾਬਰ ਖੜੇ ਹੈਗੇ ਸੀ ਇਹ ਚਿੱਟੀ ਵੀ ਖੜੀ ਰਹੀ ਉਦੋਂ ਜੌਂਸਰੀ ਜਿਹੜੀ ਹੈਗੀ ਹੈ ਅਤੇ ਉਹ ਵੀ ਨਾਲ ਖੜੇ ਰਹਿੰਦੇ ਸਾਡੇ ਕੋਲ ਛੱਤਾਂ ਹੈਗੀਆਂ ਨੇ ਇੱਕ ਇਸ ਤੋਂ ਪਹਿਲਾਂ ਜਲਦੀ ਬਹਿ ਗਿਆ ਦੂਸਰਾ ਕਬੂਤਰ ਬਾਹਰ ਜਾ ਡਿੱਗਾ ਉਹ ਜਿੱਤ ਕੇ ਬੈਠੀ ਉਹਨਾਂ ਨੂੰ ਬੰਦ ਕਰਤਾ ਉਹਨੂੰ ਚਿੱਟੀ ਦੀ ਗੱਲ ਕਰ ਰਹੇ ਜੀ ਇਹ ਵੀ ਉਸੇ ਜੋੜੇ ਦੀ ਇਹ ਨਹੀਂ ਇਹ ਉਸਤਾਦ ਸਾਹਿਬ ਨਹੀਂ ਇਹਦੇ ਪਿਓ ਹੋਰ ਹੈਗਾ ਨਹੀਂ ਇਹ ਹੋਰ ਜੋੜੇ ਦੀ ਹੈ ਇਹ ਤਸਵੀਰ ਵਾਲੇ ਘੁਮਾਉਣਗੇ ਇਹ ਨਹੀਂ ਪਤਾ ਵੀ ਉਸਤਾਦ ਵੱਲੋਂ ਆਏ ਸੀ ਮਾਦੀ ਉਸਤਾਦ ਦੀ ਕਰਦੀ ਸੀ ਅਤੇ ਨਰ ਮੈਂ ਆਪਣੇ ਇੱਕ ਲਿਆਉਂਦਾ ਸੀ ਉਹ ਲਾਇਆ ਮੈਨੂੰ ਇਹਦੀ ਮੈਕਸੀਮਮ ਪ੍ਰਵਾਸ ਕਿੱਥੇ ਤੀਕਰ ਗਈ ਇਹਦੀ 5:30 ਵਜੇ ਤੱਕ ਬੈਠੀ ਮੇਰੇ ਘਰ ਲੇਕਿਨ ਬੈਠੀ ਤੇ ਚਾਰ ਇੱਕ ਇਤਵਾਰ ਮਸਲ ਨੇ ਸਰ ਕਹਿੰਦੇ ਪੁੱਤਰ ਬਦੀ ਕਰ ਜਾਂਦਾ ਬਾਜ਼ ਦਫਾ ਇਸ ਤਰ੍ਹਾਂ ਇੱਕ ਦਫਾ ਕਿ 8 ਵਜੇ ਸੁਬਹਾ ਬਹਿ ਗਈ ਸੀ ਉਸ ਤੋਂ ਇਲਾਵਾ ਕਹਿੰਦੇ ਪਰਚੇ ਜਿਹੜੇ ਇੱਕ ਤੋਂ ਬਾਅਦ ਦੇ ਗਏ ਨੇ ਜਿਤਨੇ ਵੀ ਪਰਚੇ ਇੱਕ ਤੋਂ ਬਾਅਦ ਦੇ ਗਏ ਨੇ ਤਕਰੀਬਨ ਕੋਈ 15 ਤੋਂ 20 ਮੋਹਰਾਂ 'ਚ ਉੱਡੀ ਹੈ ਕਮ ਅਸ ਕਮ 20 ਮੋਹਰਾਂ ਖਾਧੀਆਂ ਨੇ ਪਾਰਨ ਦੇ ਖਰਾਬ ਹੀ ਨਹੀਂ ਪਾਰਨ ਦੇ ਖਰਾਬ ਹੋ ਗਏ ਫਿਰ ਜੋੜੇ ਪਾਤੀ ਫਿਰ ਜੋੜੇ ਪਾਏ ਪਾਰਨ ਦੇ ਕਮਜ਼ੋਰ ਹੋ ਗਏ ਸੀ ਇਹਦੇ ਵਾਇਰਸ 'ਚ ਆ ਗਈ ਸੀ ਫਿਰ ਮੈਂ ਇਹਨੂੰ ਕਮਜ਼ੋਰ ਪਰ ਨਿਕਲੇ ਫਿਰ ਮੈਂ ਜੋੜੇ ਪਾ ਹੈ ਮਾਦੀ ਬੜੀ ਬੜੀ ਔਂਤਰੀ ਮਾਦੀ ਹੈਗੀ ਖਤਰਨਾਕ ਔਂਤਰੀਆਂ ਤਾਂ ਵੇਖੀਆਂ ਹੀ ਨਹੀਂ ਹੈਗੀਆਂ ਇਹਨੀ ਖੁੱਡੇ ਨਹੀਂ ਫੜੀਂਦੀਆਂ ਹੈ ਵਾਕਈ ਬਹੁਤ ਖਤਰਨਾਕ ਇਹ ਤਾਂ ਭਲੀ ਔਰ ਇਹਦੀ ਅੱਖ ਹੈਗੀ ਔਰੇਂਜ ਕਲਰ 'ਚ ਕਿਆ ਬਾਤ ਚਲ ਖਰਕ ਜਾਂਦਾ ਹੋਂ ਗਿਰ ਜਾਂਦਾ ਔਰੇਂਜ ਜ਼ਰਾ ਲੈ ਜਾ ਹੈ ਲੈ ਜਾ ਖਤਮ ਕਹਾ ਕਰ ਸਮੇ ਘਰ ਕਹਾ ਕਰੇ ਬਈ ਪਰ ਵੇਖੋ ਨਾ ਇਹਨੇ ਪਤਲੇ ਹੋ ਗਏ ਬਰੀਕ ਬਰੀਕ ਨਲੀਆਂ ਦੇ ਕਬੂਤਰ ਹੀ ਹੈਗੀ ਹੈ ਵੀ ਸਲਿਮ ਸਮਾਰਟ ਹੀ ਬਹੁਤ ਸਲਿਮ ਸਮਾਰਟ ਹੀ ਮਾਦੀ ਹੈਗੀ ਵਾਹ ਅੱਛਾ ਜੀ ਸੱਤ ਰੰਗ ਆਇਆ ਸਾਜੀ ਇਹ ਕੀ ਵਰਾਇਟੀ ਹੈਗੀ ਇਹ ਵੀ ਕਬੂਤਰ ਜੁੱਚੋ ਹੀ ਨਿਕਲਦੇ ਨੇ ਸਲੇਟੇ ਨਿਕਲਦੇ ਨੇ ਵਿੱਚ ਸੁਰਖੇ ਵੀ ਨਿਕਲਦੇ ਹੈਗੇ ਨੇ ਇਹ ਕਿਹੜੇ ਕਬੂਤਰਾਂ ਦੇ ਨਿਕਲੇ ਇਹ ਮਾਪਿਓ ਦੇ ਇਹਦਾ
ਜਾਲਦਾਰ ਸਲਾਰਾ ਟਾਈਪ ਹੀ ਹੈਗਾ। ਮੀਆਂ ਸਾਹਿਬ ਵਾਲਿਆਂ ਜੀ ਇਹ ਨਹੀਂ ਪਤਾ ਵੀ ਮੀਆਂ ਸਾਹਿਬ ਵਾਲੇ ਕਹਿੰਦੇ ਕਬੂਤਰ ਮੈਂ ਖਰੀਦੇ ਹੈਗੇ ਸੀ ਤੇ ਮੀਆਂ ਸਾਹਿਬ ਦੇ ਘਰੋਂ ਨਹੀਂ ਆਇਆ ਸੀ ਨਹੀਂ ਖਰੀਦੇ ਗਏ ਸੀ ਕਬੂਤਰ ਕਿਤੋਂ ਖਰੀਦੇ ਕਿਤੋਂ ਖਰੀਦ ਕਿਸੇ ਹੋਰ ਕੋਲ ਅੱਛੇ ਲੱਗੇ ਮੈਂ ਖਰੀਦ ਲਿਆ ਤੇ ਅੱਗੋਂ ਫਿਰ ਮੈਂ ਜੋੜਿਆਂ 'ਚ ਪਾਏ ਕੰਮ ਕਰ ਦਿੰਦੇ ਬੱਚਾ ਬਹੁਤ ਉੜਦਾ ਇਹ ਤੇ ਬੜੇ ਕਲਰ ਮਾਰਦਾ ਹੁਣ ਹਾਂਜੀ ਇਹ ਫਿੱਕੇ ਵੀ ਬੱਚੇ ਬਿਲਕੁਲ ਕੱਢਦਾ ਬਿਲਕੁਲ ਲੱਖ ਜਿਵੇਂ ਗਲਵੇ ਟਾਈਪ ਹੁੰਦੇ ਨੇ ਤੇ ਸਲਾਰੇ ਜਾਲਦਾਰ ਵੀ ਕੱਢਦਾ ਹੈਗਾ ਇਹਨੂੰ ਕਵਾਂਗੀ ਕੀ ਸੁਰਖਾ ਹੀ ਕਹਿ ਲਓ ਇਹਨੂੰ ਖਤੰਗ ਕਹਿ ਸਕਦੇ ਹੋ ਕਹਿ ਲਓ ਇਹਨੂੰ ਵੀ ਤੁਹਾਡੇ ਸਾਹਮਣੇ ਜੋ ਕਹਿੰਦੇ ਹੋ ਕਹਿ ਲਓ ਇਹਨੂੰ ਇਹ ਕਹਿੰਦਾ ਮਾਂ ਪਿਓ ਸੁਰਖਾ ਨਹੀਂ ਹੈਗਾ ਲੇਕਿਨ ਇਹ ਕਲਰਾਂ ਦੇ ਜਿਹੜੇ ਵੀ ਮੈਂ ਕਬੂਤਰ ਵੇਖੇ ਨੇ ਉਹ ਕਲਰ ਬੜੇ ਮਾਰਦੇ ਨੇ ਹਾਂਜੀ ਇਹ ਵੀ ਅੱਗੇ ਮੁxtਲਫ ਕਲਰ ਦੇ ਬੱਚੇ ਕੱਢਦਾ ਹੈਗਾ ਇਹ ਨੀਲੇ ਵੀ ਕੱਢਦਾ ਨਹੀਂ ਇਹ ਨਹੀਂ ਨੀਲੇ ਨਹੀਂ ਕੱਢਦਾ ਚੀਨੇ ਕੱਢਦਾ ਹੈਗਾ ਚੀਨੇ 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 ਸਲਾਰੇ ਕੱਢਦਾ ਹੈਗਾ ਚੀਨੇ ਸਲਾਰੇ ਆ ਵਾਲ ਸਾਹਿਬ ਨੂੰ ਬਿਠਾ ਕੇ ਨਾ ਲੈ ਆਓ ਅੱਜ ਤੁਹਾਡੇ ਤੇ ਤੁਹਾਡੇ ਕੋ ਆ ਗਏ ਤੇ ਲੈ ਆਓ ਅੱਜ ਸ਼ਾਮ ਤੱਕ ਇੱਥੇ ਹੀ ਰਹਿਣਾ ਇੱਥੇ ਖਾਣਾ ਖਵਾ ਕੇ ਭੇਜਾਂਗੇ ਨਹੀਂ ਨਹੀਂ ਖਾਣਾ ਨਹੀਂ ਖਾਣਾ ਖਾ ਕੇ ਭੇਜਾਂਗੇ ਹੋਰ ਕੋ ਮੰਗਾ ਲਾਂ ਨਾ ਕਰੋ ਉਸਤਾਦ ਜੀ ਬਹੁਤ ਸ਼ੁਕਰੀਆ ਜੋ ਤਾਂ ਯਾਰ ਅੱਲਾ ਦਾ ਸ਼ੁਕਰ ਆਪਣਾ ਕਰ ਯਾਰ ਤੁਹਾਡੀ ਮੁਹੱਬਤ ਹੈ ਇਹ ਖਰੀਦਿਆ ਸੀ ਕਿਦੋਂ ਇਹਦਾ ਮਾਂ ਪਿਓ ਖਰੀਦਿਆ ਸੀ ਇਹ ਨਹੀਂ ਇਹਦਾ ਮਾਂ ਪਿਓ ਖਰੀਦਿਆ ਸੀ ਅੱਗੋਂ ਵਿੱਚੋਂ ਨਿਕਲਿਆ ਮੈਨੂੰ ਖੂਬਸੂਰਤ ਲੱਗਿਆ ਮੈਂ ਅੱਗੋਂ ਚਲਾ ਲਿਆ ਇਹਨੂੰ ਇੱਕ ਮੇਰਾ ਸ਼ਗਿਰਦ ਹੈਗਾ ਉਹਦੇ ਕੋਲ ਸ਼ਾਮ 5-5 6-6 ਵਜੇ ਤੱਕ ਬੈਠਾ ਹੈਗਾ ਇਹੀ ਇਹ ਗਿੱਜਾ ਹੁੰਦਾ ਇਹ ਉੱਡਿਆ ਉਹਦੇ ਕੋਲ ਇਹ ਉੱਡਿਆ ਹੈਗਾ ਉਹਦੇ ਘਰ ਅਤੇ ਉਹ ਫਿਰ ਉਹਦੇ ਕੋਲ ਮੈਂ ਅੱਗੇ ਲੈਣ ਦੇ ਗਿਆ ਤੁਸੀਂ ਕਿਹਾ ਯਾਰ ਸੋਹਣਾ ਬੜਾ ਹੈ ਸੋਹਣਾ ਬੜਾ ਹੈ ਖੂਬਸੂਰਤ ਲੱਗਦਾ ਮੈਂ ਖੂਬਸੂਰਤੀ ਵਿੱਚ ਰੱਖਿਆ ਹੈਗਾ ਇਹਨੂੰ ਅੱਗੋਂ ਦਾ ਰਿਜ਼ਲਟ ਵੀ ਅੱਛਾ ਹੈ ਇਹ ਵੀ ਲਾਲ ਪਰਿਆਂ 'ਚ ਹੀ ਹੋਇਆ ਮਾਦੀ ਮਾਦੀ ਹਾਂਜੀ ਇਹ ਮੀਆਂ ਸਾਹਿਬ ਵਾਲੇ ਪੁੱਤਰੋਂ 'ਚ ਹੈਗੀ ਹੈ ਇਹਦੇ 'ਚ ਕਰਾਸ ਕਰੂਸ ਹੈਗਾ ਹਾਂ ਕਰਾਸ ਤਾਂ ਹੈ ਨਾ ਜ਼ਾਹਿਰ ਮੇਰੇ 'ਚ ਕਰਾਸ ਤਾਂ ਹੈਗੇ ਨੇ ਪੇਵਰ ਕੋਈ ਮੇਰੇ ਕੋਲ ਪੇਵਰ ਤਾਂ ਨਹੀਂ ਹੈਗੇ ਕਬੂਤਰ ਮਰ ਗਏ ਨੇ ਮੇਰੇ ਕੋਲ ਅੱਗੋਂ ਫਿਰ ਪੱਠੀਆਂ ਪੱਠੇ ਮੈਂ ਕਰਾਸਾਂ 'ਚੋਂ ਲਾਏ ਹੋਏ ਨੇ ਉਹ ਕਿਉਂਕਿ ਮੇਨ ਮਕਸਦ ਹੁੰਦਾ ਬੱਚੇ ਉਡਾਉਣਾ ਬੱਚੇ ਉਡਾਉਂਦੇ ਹੈਗੇ ਨੇ ਅੱਗੋਂ ਅੱਗੋਂ ਫਿਰ ਜਿਹੜੇ ਇਹਨਾਂ ਦੇ ਬੱਚੇ ਨੂੰ ਵੀ ਅੱਗੋਂ ਬੱਚੇ ਉਡਾਉਂਦੇ ਨੇ ਮੇਨ ਚੀਜ਼ ਇਹ ਹੈਗੀ ਹੈ ਸਹੀ ਕਿਆ ਬਾਤ ਯਾਰ ਕੈਸੀ ਰੋਸ਼ਨੀ ਅੱਖ ਦੇ ਵਿੱਚ ਦੋ ਛੱਡ ਕੇ ਆਵੇਗਾ ਨਾ ਇਕੱਠੇ ਇੱਕ ਵਾਰੀ ਇਹਦੇ ਪਰਦਾ ਸ਼ੌਕ ਕਰਾਓ ਇਹਦੇ ਪਰਦਾ ਇਹਦੇ ਪਰਦਾ ਪਰਦਾ ਸ਼ੌਕ ਇਹਦੀ ਪਰ ਤੋਂ ਪਰਵਾਜ਼ ਹੁੰਦੀ ਹੈ ਪਰ ਅੱਛਾ ਹੈਗਾ ਤਾਂ ਪਰਵਾਜ਼ ਅੱਛੀ ਹੋਏਗੀ ਹਾਂਜੀ ਬਹੁਤ ਆਲਾ ਬਹੁਤ ਹੀ ਆਲਾ ਮਾਦੀ ਹੈਗੀ ਇਹਦਾ ਭਰਾ ਹੈਗਾ ਸਗਾ ਐਸੇ ਮਾਦੀ ਹਾਂਜੀ ਇਹ ਤਕਰੀਬਨ ਜਿਤਨੇ ਵੀ ਭੈਣ ਜਿਤਨੇ ਵੀ ਇਹਦੇ ਭੈਣ ਭਰਾ ਸਭ ਜੋੜਿਆਂ 'ਚ ਹੈਗੇ ਨੇ ਇਹ ਸਲਾਰੇ ਵੀ ਨਿਕਲਦੇ ਹੈਗੇ ਨੇ ਅਤੇ ਕਲਸਰੇ ਕਲਦੁੰਬੇ ਵੀ ਨਿਕਲਦੇ ਨੇ ਖੁਦ ਮੇਰੇ ਕੋਲ ਬਾਜ਼ੇ ਚੁੱਡੇ ਲਕਵਾ ਹੋ ਗਿਆ ਫਿਰ ਜੋੜੇ ਪਾ ਲਿਆ ਇਹਨੂੰ ਮੈਂ ਅੱਗੋਂ ਇਹਦਾ ਬੇਟਾ ਮੇਰੇ ਕੋਲ 6 ਵਜੇ ਤੱਕ ਬੈਠਾ ਹੈਗਾ ਬਹੁਤ ਅੱਛਾ ਹਾਂਜੀ ਇਹਦਾ ਬੇਟਾ ਸੇਮ ਇਸ ਤਰ੍ਹਾਂ ਉਹ ਵੀ 6 ਵਜੇ ਤੱਕ ਬੈਠਾ ਹੈਗਾ ਸ਼ੁਰੂ 'ਚ ਸਲਾਰਾ ਹੀ ਸੀ ਹਾਂ ਸ਼ੁਰੂ ਤੋਂ ਸਲਾਰਾ ਨਿਕਲਿਆ ਹੈਗਾ ਬਹੁਤ ਅੱਛੀ ਹੱਡੀ ਜੋੜਦਾ ਕਬੂਤਰ ਸਰ ਜੀ ਹਲਕੇ ਹੀ ਇਹਦੇ ਜੋੜ ਖੁੱਲੇ ਨੇ ਬਾਅਦ ਦਫ਼ਾ ਜਦੋਂ ਹੋ ਜਾਂਦਾ ਜੋੜ ਖੁੱਲ੍ਹਾ ਆ ਵੀ ਜਾਂਦਾ ਹੈਗਾ ਕਹਿੰਦੇ ਪਿਓ ਦਾ ਜੋੜ ਖੁੱਲ੍ਹਾ ਹੈਗਾ ਸੀ ਮਾਦੀ ਮੈਂ ਬੰਦ ਜੋੜ ਵਾਲੀ ਲਈ ਸੀ ਨਾਲ ਫਿਰ ਅਤੇ ਉਹ ਬਾਅਦ ਦਫ਼ਾ ਕਈਆਂ ਦੇ ਜੋੜ ਖੁੱਲ੍ਹੇ ਆ ਜਾਂਦੇ ਨੇ ਇਹ ਜ਼ਰਾ ਧਾਗਾ ਧਿਆਨ ਨਾਲ ਲਾਉਣਾ ਧਾਗਾ ਮਹਾਂ ਮੈਂ ਲਾਉਂਦਾ ਜ਼ਰਾ ਫਸਿਆ ਹੋਇਆ ਇਹ ਮਾਦੀ ਨੇ ਲਾਈ ਹੋਈ ਹੈ ਇਹ ਡੱਬਲ ਹੀ ਹਾਂਜੀ ਕਿਆ ਬਾਤ ਹੈ ਬੱਚਾ ਲਾਈ ਬੜੀ ਨਿਯਾਮ ਮਾਦੀ ਹੈਗੀ ਅੱਗੋਂ ਸਾਰੇ ਡੱਬਲ ਹੀ ਬਣਾਇਆ ਹੈਗਾ ਹਾਂਜੀ ਨਹੀਂ ਆਪਣੇ ਵਰਗੇ ਬੱਚੇ ਕੱਢਦਾ ਹੈਗਾ ਸਲਾਰੇ ਬੱਚੇ ਕੱਢਦਾ ਹੈਗਾ ਕਲਸਰੇ ਵੀ ਕੱਢਦਾ ਸਲਾਰੇ ਵੀ ਕੱਢਦਾ ਹੈਗਾ
ਇਹਦੇ ਅੱਗੋਂ ਬੱਚੇ ਤੇ ਬੱਚੇ ਫਿਰ ਅੱਗੋਂ ਉਡਾ ਰਹੇ ਨੇ ਮਤਲਬ ਤੁਹਾਡੇ ਕੋਲ ਪਟਿਗਰੀ ਕਬੂਤਰ ਚੱਲਦੇ ਪਏ ਨੇ ਹਾਂਜੀ ਕੀ ਬਾਤ ਹੈ ਨਾਖੂਨ ਚੈੱਕ ਕਰੋ ਇਹਦੇ ਕਿੱਡੇ ਅੱਛੇ ਨਲੀਆਂ ਤੇ ਹੈ ਹੀ ਹੈ ਨਾ ਸਰ ਜੀ ਬੱਚੇ ਭਲਵਾਨ ਦਾ ਕੋਈ ਫਨ ਤੇ ਦੱਸੋ ਦਾਣਾ ਅੱਛਾ ਪਾਓ ਚਣੇ ਪਾਓ ਉਹਨਾਂ ਨੂੰ ਜਗ੍ਹਾ ਕਿਹੋ ਜਿਹੀ ਦੇਈ ਹੈ ਮੈਂ ਕਿਹਾ ਜਗ੍ਹਾ ਕਿਹੋ ਜਗ੍ਹਾ ਤੈਨੂੰ ਕੋਸ਼ਿਸ਼ ਇਹ ਹੈ ਕਿ ਜਿੱਥੇ ਜ਼ਿਆਦਾ ਆਮਦਰਫਤ ਨਾ ਹੋਵੇ ਕਿਉਂਕਿ ਜਾਨਵਰ ਜ਼ਿਆਦਾ ਸਿਆਣੇ ਹੁੰਦੇ ਨੇ ਵਾਰ ਵਾਰ ਇਹਨਾਂ ਫੜਨ ਨਾਲ ਲੰਘ ਇਹ ਡਰਦੇ ਨੇ ਸਹਿਮਦੇ ਨੇ ਸਹਿਮ ਕੇ ਫਿਰ ਇਹ ਜਾਲੀਆਂ ਨਾਲ ਵੱਜਦੇ ਨੇ ਆਪਣੇ ਆਪ ਨੂੰ ਜ਼ਖਮੀ ਵੀ ਕਰ ਲੈਂਦੇ ਹੈਗੇ ਨੇ ਅਤੇ ਨੁਕਸਾਨ ਵੀ ਕਰਦੇ ਨੇ ਬੜਾ ਵੱਡਾ ਕਬੂਤਰ ਹਾਂਜੀ ਜੀ ਕੀ ਬੁਲਾਇਆ ਇਹ ਮੇਰੇ ਖੁੱਡੇ ਤਾਂ ਸਭ ਤੋਂ ਗਲਮਨ ਬਹਾਦਰ ਕਬੂਤਰ ਲਾ ਲਓ ਇਹਨੇ ਬਹੁਤ ਮੋਰਾਂ ਖਾਧੀਆਂ ਨੇ ਨਾ ਹੀ ਮੋਹਰਾਂ ਵਾਲਾ ਪਾਇਆ ਸੀ ਚਿੱਟੀ ਮਾਧਵੀ ਦੀ ਬੇਟੀ ਧੀ ਚਿੱਟੀ ਜੋਂਸੀ ਤੁਹਾਨੂੰ ਦਿਖਾਈ ਇਹਦੀ ਬੇਟੀ ਹੈ ਇਹਦੀ ਬੇਟੀ ਹੈ ਇਹਦੀ ਬੇਟੀ ਹੈ ਕਿਹੜਾ ਕਬੂਤਰ ਕਵਾਏਗਾ ਮੋਰ ਵਾਲਾ ਕਬੂਤਰ ਸੀ ਕਹਿੰਦੇ ਸੀ ਮੋਰ ਵਾਲਾ ਮੋਰਾ ਬਹੁਤ ਖਾਂਦੇ ਨਸਲੋਂ ਮੋਰਾ ਖਾ ਕੇ ਘਰ ਆਂਦਾ ਰਿਹਾ ਨਸਲੋਂ ਤੇ ਉਹ ਦੇਖੋ ਤੁਹਾਡੇ ਸਾਹਮਣੇ ਜੋ ਵੀ ਹੈ ਇਹਨੂੰ ਕੋਈ ਕੋਈ ਇਹਨੇ ਗੋਲਡਨ ਕਹਿੰਦੇ ਨੇ ਕੋਈ ਇਹਨਾਂ ਨੂੰ ਤਸਵੀਰ ਵਾਲੇ ਕਹਿੰਦੇ ਨੇ ਕੋਈ ਕੁਝ ਇਸ ਮਸਲੇ ਇਸ ਚੀਜ਼ ਦਾ ਮੈਂ ਨਹੀਂ ਕਹਿ ਸਕਦਾ ਕਬੂਤਰ ਬਹੁਤ ਵੱਡਾ ਹਾਂਜੀ ਬਹੁਤ ਨਿਆਂ ਕਬੂਤਰ ਹੈ ਦੇਖੋ ਨਾ ਇਹਨੂੰ ਛੱਡੋ ਤੇ ਦੱਸੋ ਕਿੱਥੇ ਵੜ ਜਾਂਦਾ ਹਾਂਜੀ ਕਿਸੀ ਕੁਆਲਿਟੀ ਹੈਗੀ ਕਬੂਤਰ ਦੇ ਅੰਦਰ ਬਹੁਤ ਨਸਲੀ ਕਬੂਤਰ ਏਜ ਕਿੰਨੀ ਹੋ ਗਈ ਸਰ ਜੀ 10 ਸਾਲ ਤੋਂ ਉੱਤੇ ਹੀ ਨਹੀਂ 15 ਸਾਲ 14 15 ਸਾਲ ਤੇ ਹੋ ਗਈ ਹਾਂ ਬਿਲਕੁਲ ਜਾਰੇ ਕੁ ਜਿਹੜੇ ਵੱਡੇ ਕਬੂਤਰ 14 15 ਸਾਲ ਤਕਰੀਬਨ ਹੈ ਨੇ ਮੇਰੇ ਕੋਲੇ ਬਹੁਤ ਅੱਛਾ ਬੱਚੇ ਪੱਠੀਆਂ ਪੱਠੇ ਹੈਗੇ ਸੀ ਮੇਰੇ ਕੋਲ ਜਦੋਂ ਦੇਖੇ ਨੇ ਉਦੋਂ ਮੈਨੂੰ ਇਹ ਪਤਾ ਮੇਰਾ ਘਰ ਨੂੰ ਬਣੇ ਮੇਰਾ ਰਿਹਾਇਸ਼ ਵਾਸਤੇ ਮੈਂ ਘਰ ਬਣਾਇਆ ਉਹਨੂੰ 15 ਸਾਲ 16 ਸਾਲ ਹੋ ਗਏ ਨੇ ਉਦੋਂ ਮੇਰੇ ਕੋਲ ਬੱਚੇ ਉੱਡੇ ਨੇ ਉਸ ਤੋਂ ਬੱਚੇ ਲਿਆ ਕੇ ਮੈਂ ਉਦੋਂ ਬੱਚੇ ਉੱਡੇ ਨੇ ਬੱਚੇ ਲਿਆਉਂਦੇ ਨੇ ਮੈਂ ਅਤੇ ਇਹ ਵੀ ਉਸਤਾਦ ਦੇ ਘਰ ਦਾ ਹੈਗਾ ਅੱਛਾ ਉਦੋਂ ਉਸਤਾਦ ਨਾਲ ਬੱਚੇ ਆਏ ਸੀ ਮੈਨੂੰ ਇਹ ਬੱਚੇ ਫਿਰ ਮੇਰੇ ਕੋਲ ਕੁਛ ਉਡਾਏ ਸੀ ਮੈਂ ਕੁਛ ਉਡਾ ਕੇ ਫਿਰ ਮੈਂ ਉਹਨੂੰ ਜਦੋਂ ਕੁਛ ਇਹ ਮਹਿਸੂਸ ਹੋਇਆ ਕਿ ਯਾਰ ਇਹ ਥੱਕ ਗਏ ਨੇ ਹੁਣ ਉੱਡ ਉੱਡ ਕੇ ਮੈਂ ਅੱਗੋਂ ਨੂੰ ਫਿਰ ਬ੍ਰੀਡਰ ਜੋੜੇ ਬਣਾ ਲਿਆ ਲੱਗੀ ਇਹ ਪੱਠੀ ਲਈ ਹੈ ਪੱਠੀ ਹੈਗੀ ਹੈ ਲੈਣੀ ਜ਼ਿਆਦਾ ਉਮਰ ਦੀ ਨਹੀਂ ਹੈਗੀ ਹੈ ਇਹ ਪੱਠੀ ਮੈਨੂੰ ਲਾਈ ਹੈ ਇਹਦੇ ਬੱਚਿਆਂ 'ਚ ਜਿਸ ਮਾਦੀ ਤਿੰਨ ਚਾਰ ਮਾਦੀਆਂ ਨਾਲ ਚੇਂਜ ਕੀਤਾ ਚਾਰ ਮਾਦੀਆਂ ਨਾਲ ਚੇਂਜ ਕੀਤਾ ਇਸ ਨਾਲ ਚਾਰ ਤੋਂ ਪੰਜ ਮਾਦੀਆਂ ਨਾਲ ਹਰ ਮਾਦੀ ਰਿਜ਼ਲਟ ਬਹੁਤ ਅੱਛਾ ਆਇਆ ਇਹਦਾ ਨਹੀਂ ਕਬੂਤਰ ਹੀ ਬਹੁਤ ਅੱਛਾ ਹੈਗਾ ਅਤੇ ਉਸ ਤੋਂ ਅੱਗੇ ਫਿਰ ਇਹਨੇ ਹਰ ਮਾਦੀ ਨੇ ਬੱਚੇ ਉਡਾਏ ਨੇ ਸਾਜੀ ਤੁਸੀਂ ਕਦੀ ਡੱਬ ਵਾਲੀ ਨੇ ਟਰਾਈ ਕੀਤਾ ਜਿਹੜੀ ਗਈ ਹੈ ਡੱਬ ਵਾਲੀ ਜਿਹੜੀ ਤੁਹਾਨੂੰ ਮੰਗਿਆ ਡੱਬ ਵਾਲੀ ਖੂਬਸੂਰਤ ਵੀ ਆ ਰਹੀ ਇਹਨਾਂ ਚ ਪਰਵਾਜ਼ ਵੀ ਆ ਰਹੀ ਹੈ ਜਦੋਂ ਬੰਦੇ ਦੀ ਸਾਡੀ ਖਾਹਿਸ਼ ਹੈਗੀ ਪਰਵਾਜ਼ ਪਰਵਾਜ਼ ਪੂਰੀ ਹੋ ਰਹੀ ਹੈ ਖੂਬਸੂਰਤੀ ਪੂਰੀ ਹੋ ਰਹੀ ਫਿਰ ਕੀ ਜ਼ਰੂਰਤ ਨੇ ਤੋੜਨ ਦੀ ਤੋੜ ਕੇ ਜਦੋਂ ਅਸੀਂ ਬਾਰ ਬਾਰ ਜੋੜਿਆਂ ਨੂੰ ਤੋੜਨੇ ਆ ਜੋੜੇ ਆਂਡਿਆਂ ਤੋਂ ਬੰਦ ਹੋ ਜਾਂਦੇ ਨੇ ਮਾਦੀਆਂ ਨਰ ਬੁੱਤਾਂ ਤੋਂ ਰਹਿ ਜਾਂਦੇ ਨੇ ਮਾਦੀਆਂ ਆਂਡਿਆਂ ਤੋਂ ਬੰਦ ਹੋ ਜਾਂਦੀਆਂ ਨੇ ਬਾਰ ਬਾਰ ਜਦੋਂ ਚੇਂਜ ਕਰਨੇ ਅਸੀਂ ਉਹਨਾਂ ਨੂੰ ਅੱਛਾ ਮਾਦੀ ਦੇ ਅੰਦਰ ਵੀ ਉਹੀ ਕੁਆਲਿਟੀ ਆ ਦਸਵਾਂ ਛੱਡੋ ਤੇ ਉਹ ਕਿੱਥੇ ਚਲੇ ਜਾਂਦੇ ਇਹ ਕੱਢਿਆ ਇਹ ਛੱਡਿਆ ਤੇ ਕਿੱਥੇ ਚਲੇ ਗਏ ਇਹ ਨੀਲਾ ਕਬੂਤਰ ਜੀ ਮੇਰਾ ਇਹਦੇ ਬੱਚੇ ਬਹੁਤ ਉੱਡੇ ਨੇ ਇਹ ਵੀ ਬਹੁਤ ਚੰਗਾ ਕੀ ਬਾਤ ਹੈ ਬਹੁਤ ਅੱਛਾ ਕਬੂਤਰ ਹੈ ਲੋਹੀਆ ਵੀ ਅਫਲਾਤੂਨੀ ਕਿਉਂਕਿ ਮੈਂ ਕਬੂਤਰ 'ਚ ਕਹਿੰਦਾ ਕਿ ਪਰਵਾਜ਼ ਹੋਵੇ ਅਕਲ ਹੋਵੇ
रंग चाहे किसी रंग का ला दो, मैं कभी रंग दे के कबूतर नहीं लाया कि रंग ना रंग मिलाओ, नहीं सिर्फ परवाज आनी चाहिए, परवाज तक लानी चाहिए कबूतर च, वापसी होनी चाहिए। कैसी मजदार अख है जालियां भरिया टेस्टेड जोड़े है ना। हाँ जी टेस्टेड है। अच्छा चेरा मोरा दा लाल परियां ना मिलता है ना। हाँ जी अहमादी लाई दिंदा चिट्टियां अखां चारे शौक लिया पॉकेट साइज ही लाए। हां चोका टूट निकले जिस तरह बस कर दी तो बड़े नाले फिर किस दिन दिन का टाइम बना इस टाइम धुप निकली हुई ना शौक करवा देंगे शौक तो शाम हो रही है जरा तो परले पास उधर छड़े हुए ने लो जी है चेक करो पॉकेट साइज से ला रहा पॉकेट साइज ही बिल्कुल छोटा ही है छोटा जहा कबूतर है हेड बड़ा अच्छा है हां गोल तो वड्डा हेड सही नंबर नंबर देंदे हो अपने कोलो कोई नंबर मसलन जिस तरह होंदा ना 10 नंबर हो गया जी या 15 नंबर ए 10 नंबर हो गया अच्छा अच्छा नंबर दे देंदे हो हां नंबर सो असि अपने वैसे तो असि अपने जोड़े दे नंबर बनाए हुए ने ताकि बच्चियां दी पहचान रहंदी फिर क्योंकि एकदम बच्चे निकलते हैं फिर पहचान नहीं रहंदी उहनां दी फिर उहनां नूं जिहड़ी कड़ियां नंबरां दी पाई आईयां सी ताकि सन पहचान रहे इस जोड़े का बच्चा है। अच्छा बच्चे भी अपने नाल दे निके निके कटदा हां जी ये बच्चे छोटे कद दे कटदा है लेकिन उनका परवाज बहुत हुंदी है परवाज वाकई बड़ी है जी बहुत परवाज है की मादी भी निकी है क्या जालिम है बच्चे बच्चे उठते ने इन्हों के बच्चा साढ़े को जो निकल आता ना अभी बड़े खुश बहुत कम बच्चे कटते हैं कम क्योंकि उम्र बहुत ज्यादा है इस कबूतर की चेयरमैन साहब को आया नहीं जी चेयरमैन साहब को नहीं आए गए अच्छा अच्छा ये मैं खरीदे गए एक दोस्त को पट्टी पट्टा है बड़ा नरम आदि अच्छा वाह जी वाह लो जी कई सर को जानवर है कहने एक केड़े उस्ताद जी कमान गए ये तो टैडी कहने लोग की टैडी कहने सब पता नहीं जी मेरा वाले कमान गए पता नहीं केड़े बनते ने मैं खरीदे कहने मैं भी किसी को उड़ाते ने बच्चे हाँ जी बहुत ज्यादा उड़ाते ने ऐसे अखा जी निकल जी ये नवे बना रहे हैं असं इन्हें पट्ठिया पट्ठे बल्कि बैड लग कोई पट्ठिया मर गई जिन्नी भी निकली एक पट्ठी साढ़े को है बस ने पट्ठे ज्यादा है लेकिन इन्हों एक बच्चा मैं छड़िया है बहुत उड्डया मेरे को इन्ना एक उड्डया कि दिल खुश हो गया इन्हों पट्ठे का पट्ठा अगो है पोतरा का उड्डया पोतर इनका पोतरा उड्डया तो बल्कि जो उड्डया सब खड़े होकर यार वाकई कोई चीज़ उड्डी है तो दूसरी परवाह चुके रात रह गया टांके ही रात रह गया इतनी परवाह से इन्हें उस बाद जो रोकी जा रहे हैं सारे कि इन्हों जो मौसम खुलेगा उदो छड़ा गए इन्होंने हाँ सही गल है
ਪਿੱਛੇ ਅੱਸੂ ਚ ਮੇਰੇ ਕੋਲ ਰਾਤ ਰਿਹਾ ਹੈਗਾ ਬੱਚਾ ਮੇਰੇ ਕੋਲੋਂ, ਤੇ ਹੁਣ ਇਹਨਾਂ ਨੂੰ ਗਰਮੀ 'ਚ ਅਸੀਂ ਰੋਕੀ ਜਾ ਰਹੇ ਹਾਂ, ਬੱਚੇ ਜਿਹੜੇ ਹੈਗੇ ਨੇ ਤੇ ਵੀ ਗਰਮੀ 'ਚ ਛੱਡਾਂ ਗਏ ਇਹਨਾਂ ਨੂੰ, ਦੇਖੋ ਰਿਜ਼ਲਟ ਕੀ ਆਉਂਦਾ, ਇਹ ਨਵੇਂ ਜੋੜੇ ਬਣਾਏ ਨੇ ਅਸੀਂ। ਅੱਛਾ ਕਬੂਤਰ ਹੈਗਾ। ਔਰ ਮਹਾਨ ਭਾਈ ਲਿਆ ਨਾ ਪੁਰਸਿਆ ਕਰਨ ਨੇ मादी में ल्यांदी। डेढ़ साल नर नाल जोड़ा नहीं हुई, डेढ़ साल। हाँ जी डेढ़ साल असी कि शायद ये नर है या मादी सानू पता नहीं चलता सी, एंड तो इन खुसरा ना रखता इनका। अज तो भी सा होने खुडे चे खुसरे जोड़े ना खुसरे नाद मशहूर है जोड़ा सा। अच्छा असं जो कहने खुसरा कहने जोड़े असं नर नाल लाते तो लगते नहीं सी, तो मादे लाते मारती कुटकती सी। एक किस्मत लग गई असं एक महीना जरा कम अज कम एक महीना असं इनू डी रखे एक अलग नेरे च डी रखिया बंद कमरे च, उ कुछ जाता ही नहीं सी। फिर यह जोड़ा लगे है अगो फिर बच्चे असं रोकी जा रहे सारे। अच्छा 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 अच्छा। हाँ जी नेरे वाले कमरे डी डी रखे फिर यह जोड़ा लगे है। बड़ी गल है इन्हों पुत्र है इन्हों। वाह वाह यह तो बड़ा कलर मारे मैरा कबूतर ही। हाँ जी नहीं कलसे कलदुंबे भी कट देने होर भी है थले है ने। वह पट्ठा पकड़ परे वह पट्ठा पकड़ो परला खुडा में है मैरा कबूतर कलर मार दे। चलो जी जींदे भी है बैरल असी तो खरीदे है फिलहाल तो साढ़े है। सही कह रहे हो इन छोड़िए नीचे अब मत लाए और ठीक है। हाँ पट्ठा ले जाकर एक पट्ठे का नहीं छोड़ने सारे अपने सवाल किया मेरे नाल लाइव वीडियो चल रही। हाँ तुम एक सवाल किया कि जोड़िया के पट्ठे पट्ठे निकलते हैं कि पट्ठिया पट्ठिया निकलदियां ने, इस जोड़े ज्यादा पट्ठे निकलते हैं पट्ठिया बहुत घट निकलदियां ने। यह शायद एक पट्ठी निकल आवे असं अंदाजा कर रहे हैं कि शायद पट्ठी निकल आवे। अच्छा हाँ जी शक्लो शुरत अख भी इनकी मार गई देखो शायद पट्ठी निकल आवे जिसम भी मार गए ज्यादा इनके पट्ठे निकलते हैं या छोड़ दे गुस्सा बड़ा कर देने। हाँ जी मूह ਪੁਰਾ ਬਹੁਤ ਜਲਦ ਬੜੇ ਮੁਸ਼ਕਲ ਫੜਨੇ ਪੈਂਦੇ ਨੇ ਕੁੰਡੇ ਚ। ਇਹ ਵੀ ਇਹਨਾਂ ਦਾ ਭਰਾ ਹੈਗਾ ਜਾਂ ਛੋਟ ਇਸ ਤੋਂ ਵੱਡਾ ਹੈਗਾ ਬਹੁਤ ਅੱਛਾ ਬਣਿਆ। ਹਾਂਜੀ ਬਹੁਤ ਹੀ ਅੱਛਾ ਬਣਿਆ ਇਸ ਤੋਂ ਵੱਡਾ ਹੈਗਾ। ਵਾਹ ਵਾਹ ਇਹਦੇ ਭਰਾ ਹੋਰ ਵੀ ਬਹੁਤ ਬੜੇ ਬੜੇ ਅੱਛੇ ਨੇ ਮੇਰੇ ਕੋਲ ਥੱਲੇ ਪਏ ਨੇ ਜੋੜਿਆਂ ਚ ਪਏ ਉੱਡਦਾ ਪਿਆ ਨਹੀਂ ਨਹੀਂ ਉਡਾਇਆ ਸੀ ਇਹਨੂੰ ਜੋੜਿਆਂ ਵਾਸਤੇ। ਹਾਂਜੀ ਜੋੜਿਆਂ ਵਾਸਤੇ ਯਾਰ ਬਹੁਤ ਅੱਛਾ ਬਣਿਆ ਕੀ ਹੱਡੀ ਜੋੜਨ ਦਾ। ਹਾਂਜੀ प्रवास बहुत है अकल तो प्रवास बहुत खूबसूरती भी पूरे दिन। हाँ जी खूबसूरती पूरी प्रवास बहुत ज्यादा है अकल भी बहुत ज्यादा है खुशक बन जाए अपने इज्जत करो सब तो अपने मां बाप की इज्जत करो अपने उस्ताद की इज्जत करो अपने तो वड्डे उम्र जिहड़ा भी उस्ताद जिहड़ा भी कबूतरबाज भरा है वैसे तो दुनियादार अब तो अपने तो वड्डे सब की इज्जत करनी चाहिए लेकिन खास तौर पर क्यों आप कबूतरबाज भरा है तो अपने उस्तादा की अपने वड्डियां की इज्जत करो चाहे वह किसी पार्टी के है नमाज पढ़ो पांच टाइम। क्या बात है वाह जी वाह। लो जी दोस्तों उम्मीद करना शौक शिकायत इंटरव्यू तुम पसंद आएगा मिलने नई वीडियो नए शौक के नाल खुदा हाफिज़।